ਵਾਤਾਵਰਨ ਤੇ ਪੰਜਾਬ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੀਆਂ ਸੰਸਥਾਵਾਂ ਨਰੋਆ ਪੰਜਾਬ ਮੰਚ ਅਤੇ ਪਬਲਿਕ ਐਕਸ਼ਨ ਕਮੇਟੀ ਮੱਤੇਵਾੜਾ ਵੱਲੋਂ ਪਿੰਡ ਵਲੀਪੁਰ ਵਿਖੇ ਬੁੱਢਾ ਦਰਿਆ ਅਤੇ ਸਤਲੁਜ ਦੇ ਸੰਗਮ ਤੇ ਵਾਤਾਵਰਨ ਕਾਰਕੁਨਾਂ ਦਾ ਇੱਕ ਵੱਡਾ ਇਕੱਠ ਰੱਖਿਆ ਗਿਆ। ਇਸ ਇਕੱਠ ਦਾ ਮੁੱਖ ਮੰਤਵ ਬੁੱਢਾ ਦਰਿਆ ਦੇ ਵਿੱਚ ਪੈ ਰਹੇ ਪ੍ਰਦੂਸ਼ਿਤ ਅਤੇ ਜ਼ਹਿਰੀਲੇ ਪਾਣੀ ਨੂੰ ਰੁਕਵਾਉਣ ਲਈ ਸਰਕਾਰ 'ਤੇ ਦਬਾਅ ਬਣਾਉਣਾ ਸੀ, ਜੋ ਕਿ ਲੰਮੇ ਸਮੇਂ ਤੋਂ ਇਸ ਮੁੱਦੇ ਨੂੰ ਕੋਈ ਬਹੁਤੀ ਤਰਜੀਹ ਨਹੀਂ ਦੇ ਰਹੀ। ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ 15 ਅਗਸਤ 2024 ਨੂੰ ਲੁਧਿਆਣੇ ਵਿੱਚ ਬੁੱਢੇ ਦਰਿਆ ਦੇ ਪ੍ਰਦੂਸ਼ਣ ਨੂੰ ਲੈ ਕੇ ਇੱਕ ਵੱਡਾ ਮਾਰਚ ਕੱਢਿਆ ਜਾਵੇ ਤਾਂ ਕਿ ਪੰਜਾਬ ਨੂੰ ਹੁਣ ਪ੍ਰਦੂਸ਼ਣ ਤੋਂ ਵੀ ਆਜ਼ਾਦੀ ਦਵਾਈ ਜਾ ਸਕੇ। ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਜੇਕਰ 15 ਸਤੰਬਰ ਤੱਕ ਸਰਕਾਰ ਬੁੱਢੇ ਦਰਿਆ ਨੂੰ ਮੁੜ ਸੁਰਜੀਤ ਕਰਨ ਵਿੱਚ ਕਾਮਯਾਬ ਨਹੀਂ ਰਹਿੰਦੀ ਤਾਂ ਇਸ ਨੂੰ ਇੱਕ ਪੱਕਾ ਬੰਨ ਮਾਰ ਕੇ ਲੁਧਿਆਣੇ ਤੱਕ ਹੀ ਸੀਮਿਤ ਕਰ ਦਿੱਤਾ ਜਾਵੇ ਤਾਂ ਕਿ ਦੱਖਣੀ ਪੰਜਾਬ ਨੂੰ ਇਸ ਜ਼ਹਿਰੀਲੇ ਪਾਣੀ ਰਾਹੀਂ ਹੋਰ ਹੀ ਨਸਲਕੁਸ਼ੀ ਤੋਂ ਬਚਾਇਆ ਜਾ ਸਕੇ। ਦੱਸਣਯੋਗ ਹੈ ਕਿ ਸਤਲੁਜ ਦੱਖਣੀ ਪੰਜਾਬ ਦੇ ਵੱਡੇ ਹਿੱਸੇ ਦਾ ਪੀਣ ਵਾਲੇ ਪਾਣੀ ਦਾ ਇਕੱਲਾ ਸਰੋਤ ਹੈ ਅਤੇ ਇਸ ਵਿੱਚ ਬੁੱਢੇ ਦਰਿਆ ਦਾ ਜ਼ਹਿਰੀਲਾ ਪਾਣੀ ਮਿਲਣ ਕਰਕੇ ਬਿਮਾਰੀਆਂ ਅਤੇ ਸਿਹਤ ਸਮੱਸਿਆਵਾਂ ਦਾ ਬਹੁਤ ਵੱਡਾ ਮਸਲਾ ਬਣ ਚੁੱਕਿਆ ਹੈ। ਇਸ ਮੀਟਿੰਗ ਵਿੱਚ ਲੱਖਾ ਸਿੰਘ ਸਿਧਾਣਾ, ਕਮਲਜੀਤ ਸਿੰਘ ਬਰਾੜ, ਦਲੇਰ ਸਿੰਘ ਡੋਡ, ਅਮਿਤੋਜ ਮਾਨ, ਜਸਕੀਰਤ ਸਿੰਘ, ਡਾਕਟਰ ਅਮਨਦੀਪ ਸਿੰਘ ਬੈਂਸ, ਮਹਿੰਦਰਪਾਲ ਸਿੰਘ ਲੂੰਬਾ, ਕਰਨਲ ਜਸਜੀਤ ਸਿੰਘ ਗਿੱਲ, ਕੁਲਦੀਪ ਸਿੰਘ ਖਹਿਰਾ, ਰੋਮਨ ਬਰਾੜ, ਮੱਗਰ ਸਿੰਘ, ਗੁਰਿੰਦਰ ਸਿੰਘ ਮਹਿੰਦੀ, ਰੱਤਾ ਆਦਿ ਸ਼ਾਮਿਲ ਹੋਏ। ਹਾਂ, ਬੁੱਢਾ ਦਰਿਆ ਜਿਹੜਾ ਨਾਲਾ ਬਣ ਗਿਆ, ਆਹ ਦੇਖ ਲਓ, ਆਹ ਸਤਲੁਜ ਆਉਂਦਾ ਇੱਧਰਲੇ ਪਾਸਿਓਂ ਅਤੇ ਆਹ ਵਿੱਚ ਆ ਕੇ ਪੈਣ ਲੱਗ ਗਿਆ ਇਹਦੇ ਬੁੱਢਾ ਨਾਲਾ। ਜ਼ਹਿਰ, ਸਾਰੀ ਫੈਕਟਰੀਆਂ ਦੀ ਜ਼ਹਿਰ ਇੱਥੇ, ਹਜ਼ਾਰਾਂ ਡਾਂਗ ਫੈਕਟਰੀਆਂ, ਡੈਰੀਆਂ ਦਾ ਗੋਹਾ, ਮੱਝਾਂ ਦਾ ਮੂਤ, ਲੋਕਾਂ ਦੀ ਟੱਟੀ ਟੁੱਟੀ ਮੂਤ ਪਿਸ਼ਾਬ, ਹਸਪਤਾਲਾਂ ਜਿੰਨਾ ਕਚਰਾ, ਜਿੰਨਾ ਗੰਦ, ਜੋ ਆਉਂਦਾ ਸਾਰਾ ਆਹ ਇੱਥੋਂ। ਅਸੀਂ ਵਲੀਪੁਰ ਪਿੰਡ ਖੜ੍ਹੇ ਹਾਂ, ਵਲੀਪੁਰ ਤੋਂ, ਕਾਸਾਬਾਦ ਤੋਂ, ਭੱਟੀਆਂ ਤੋਂ, ਕਈ ਥਾਵਾਂ ਤੋਂ ਇੱਥੋਂ ਲੁਧਿਆਣੇ ਦੇ ਵਿੱਚ ਇੱਥੇ ਆ ਜ਼ਹਿਰ, ਸਾਰੀ ਕੈਮੀਕਲ। ਇਹ ਜਿਹੜਾ ਅੱਤਵਾਦ ਆ, ਇਹ ਅੱਤਵਾਦ ਆ ਅਸਲ, ਇਹ ਉਹ ਅੱਤਵਾਦ ਹੈ ਜਿਹੜਾ ਪੰਜਾਬ ਦੀ ਨਸਲਕੁਸ਼ੀ ਕਰ ਰਿਹਾ। ਫਿਰੋਜ਼ਪੁਰ, ਲੁਧਿਆਣਾ, ਮੋਗਾ, ਫਰੀਦਕੋਟ, ਮੁਕਤਸਰ, ਹੋਰ ਫਾਜ਼ਿਲਕਾ ਗਿਰਾਸਤਾਂ ਤੱਕ ਕੇ ਲੋਕ ਪਾਣੀ ਪੀਂਦੇ। ਧਰਤੀ ਨੂੰ ਕੈਂਸਰ, ਪਸ਼ੂਆਂ ਨੂੰ ਕੈਂਸਰ, ਮੱਛੀਆਂ ਜਿਹੜੀਆਂ ਹਰੀਕੇ ਪੱਤਣ ਆਪਾਂ ਕਹਿੰਦੇ ਤਾਜ਼ੀਆਂ, ਉਹਨਾਂ ਨੂੰ ਕੈਂਸਰ। ਜਪਾਗ ਜਿਹੜੇ ਅਪਾਹਜ ਪੈਦਾ ਹੁੰਦੇ ਨੇ, ਲੂਲੇ, ਲੰਗੜੇ, ਅੰਨੇ, ਕਾਣੇ, ਹੱਡੀਆਂ ਦੇ ਰੋਗ, ਚਮੜੀ ਦੇ ਰੋਗ, ਪਤਾ ਨਹੀਂ ਕਿਹੜੀਆਂ ਕਿਹੜੀਆਂ ਬਿਮਾਰੀਆਂ, ਕਾਲੇ ਪੀਲੇ, ਸ਼ੂਗਰ, ਕੈਂਸਰ, ਪਤਾ ਹੀ ਨਹੀਂ, ਸਮਝ ਵੀ ਨਹੀਂ ਉਹ ਡਾਕਟਰ ਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ ਲੋਕਾਂ ਨੂੰ ਚਿੰਬੜ ਰਹੀਆਂ, ਆਹ ਜ਼ਹਿਰ ਦੇ ਨਾਲ, ਅੱਤਵਾਦ ਦੇ ਨਾਲ। ਆਹ ਦੇਖ ਲਓ, ਇੱਥੇ 7 ਮੈਂਬਰੀ ਕਮੇਟੀ ਬਣੀ, ਵਿਧਾਨ ਸਭਾ ਦੀ ਕਮੇਟੀ ਬਣਾਈ ਗਈ, ਬੁੱਢੇ ਦਰਿਆ ਦੀ ਕਮੇਟੀ, ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ 'ਚ 4-5 MLA ਇੱਥੋਂ ਦੇ ਲਏ ਗਏ, ਲੁਧਿਆਣੇ ਦੇ ਕੁਛ ਹੋਰ MLA ਮੰਤਰੀ ਲਏ ਗਏ। 2.5 ਸਾਲ ਹੋ ਗਏ, ਕੋਈ ਕਾਰਵਾਈ ਨਹੀਂ ਸਾਡੇ ਨਾਲ ਐਸੇ ਥਾਂ ਦੇ ਉੱਤੇ। ਮੈਂ 16 ਦਾ ਇੱਥੇ ਆਉਣਾ, 16 ਤੋਂ ਲੈ ਕੇ ਲਗਾਤਾਰ ਮੈਨੂੰ 8 ਸਾਲ ਹੋ ਗਏ। ਸਾਡੇ ਨਾਲ ਕੁਲਤਾਰ ਸੰਧਵਾਂ ਵੀ, ਕਦੇ ਭਵੰਤ ਮਾਨ ਵੀ, ਮੀਤ ਹੇਰ ਵੀ, ਚੀਮੇਅਰ, ਗੇਰਮੋਲ, ਗਗਨਮਾਨ ਵਰਗੀਆਂ ਇੱਥੇ ਆ ਕੇ ਆਹ ਵੀਡੀਓ ਪਾਉਂਦੀਆਂ ਹੁੰਦੀਆਂ ਸੀ ਵੀ ਆਹ ਜ਼ਹਿਰ ਲੋਕਾਂ ਨੂੰ ਦਿੱਤਾ ਜਾ ਰਿਹਾ। ਹੁਣ ਇਹਦੀ ਸਰਕਾਰ ਹੈ, ਹੁਣ ਸਭ ਚੁੱਪ ਨੇ। ਕਿਉਂ, ਕਾਰਨ ਕੀ ਹੈ? ਉਹ ਦਿੱਲੀਓਂ ਫੋਨ ਖੜਕਦਾ, ਸਾਰੀਆਂ ਲੱਤਾਂ ਕੰਬਣ ਲੱਗ ਜਾਂਦੀਆਂ। ਇੱਥੇ ਕੋਈ ਮੰਤਰੀ, ਕੋਈ ਮੁੱਖ ਮੰਤਰੀ, ਕੋਈ MLA, ਕੋਈ MP ਕੋਈ ਨਹੀਂ ਖੜਦਾ। ਬਲਵੀਰ ਸਿੰਘ ਸੀਚਾ, ਰਾਜ ਸਭਾ ਮੈਂਬਰ, 4 ਵਾਰੀ ਇੱਥੋਂ ਆ ਕੇ ਮੁੜ ਗਿਆ। ਕਿੱਥੇ ਗਏ ਭਾਈ ਤੇਰੇ ਧਰਤੀ ਹਵਾ ਪਾਣੀ ਪਹੁੰਚਾਉਣ ਦੇ ਦਾਅਵੇ ਕਰਨ ਦੀਆਂ ਗੱਲਾਂ ਕਰਨ ਵਾਲੇ? ਮੈਨੂੰ ਕਹਿਣਗੇ ਤੂੰ ਬਲਵੀਰ ਸਿੰਘ ਸੀਚਾ ਨੂੰ ਐਂ ਬੋਲਦਾ, ਉਹ ਭਾਈ MP ਬਣਾਇਆ, ਰਾਜ ਸਭਾ ਦਾ MP ਆ, ਬੜੇ ਲੰਮੇ ਸਮੇਂ ਤੋਂ ਰੌਲਾ ਪਾਉਂਦੇ ਆ ਰਹੇ ਨੇ, ਇੱਥੇ ਕਿਉਂ ਨਹੀਂ, ਇੱਥੇ ਕਿਉਂ ਬੋਲਤੀ ਬੰਦ ਹੋ ਜਾਂਦੀ ਆ ਬਾਈ ਇਹਨਾਂ ਲੋਕਾਂ ਦੀ ਯਾਰ? ਆਹ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲਾ ਬਿੱਟੂ, ਮੈਂ ਅੰਮ੍ਰਿਤ ਸ਼ਾਹ ਦਾ ਯਾਰ ਹੈ, ਮੈਂ ਮੋਦੀ ਦਾ ਯਾਰ ਹੈ, ਮੈਂ ਐਂ ਕਰ ਦੂੰ, ਮੈਂ ਪੰਜਾਬ ਦਾ ਉਹ ਕਰ ਦੂੰ, ਜੇ ਤੇਰੇ 'ਚ ਜਾਨ ਹੈ ਲੱਤਾਂ 'ਚ, ਤੇਰੇ 'ਚ ਦਮ ਹੈ, ਮਰਦ ਦਾ ਬੱਚਾ, ਕੋਈ ਖੂਨ ਤਾਂ ਤੇਰਾ ਬੁੱਟਣ ਵਾਲਾ ਹੀ ਹੈ, ਉਹ ਮੈਨੂੰ ਪਤਾ ਹੀ ਉੱਤੇ ਤੋਂ ਹੋਣਾ ਕੱਖ ਨਹੀਂ, ਗੱਲਾਂ ਹੀ ਇਕੱਲੀਆਂ।
ਤਾਂ ਆਹ ਜ਼ਹਿਰ ਆਹ ਅੱਤਵਾਦ ਰੋਕ ਕੇ ਦਿਖਾ ਜਿਹੜਾ ਪੰਜਾਬ ਨੂੰ ਮਾਰਿਆ ਜਾ ਰਿਹਾ ਆਹ ਕੈਂਸਰ ਦੇ ਨਾਲ, ਆਹ ਜ਼ਹਿਰ ਦੇ ਨਾਲ, ਆਹ ਜਿਹੜੀ ਪੰਜਾਬ ਨੇ ਖੁਸ਼ੀ ਕੀਤੀ ਜਾ ਰਹੀ ਇਹ ਰੋਕ ਕੇ ਦਿਖਾਏ ਤੇਰੇ 'ਚ ਹਿੰਮਤ ਹੈ। ਰਾਜੇ ਵੜਿੰਗ ਨੂੰ ਕਹਿਣਾ ਚਾਹੁੰਦਾ ਐਂਪੀਆਂ ਤੂੰ ਲੁਧਿਆਣਾ ਚੁਣਿਆ ਹੋਇਆ, ਕਦੇ ਚਾਹ ਪੀਣ ਲੱਗ ਗਿਆ ਬਹਿ ਕੇ ਆ ਕੇ ਆਪਣੀ ਰੇਹੜੀ 'ਤੇ, ਕਦੇ ਜੂਸ ਪੀਣ ਲੱਗ ਗਿਆ, ਕਦੇ ਸਮੋਸਾ ਖਾਣ ਲੱਗ ਗਿਆ, ਡਰਾਮੇ ਛੱਡਦੇ ਡਰਾਮੇ, ਕਦੇ ਇੰਟਰਵਿਊ 'ਚ ਕਹਿਣਾ ਕਿ ਮੇਰੀ ਘਰ ਵਾਲੀ ਮੇਰੀ ਜਨਾਨੀ ਬਹੁਤ ਸੋਹਣੀ ਆ ਜੀ, ਲੋਕ ਇਹਨੂੰ ਦੇਖਣ ਹੀ ਆ ਜਾਂਦੇ ਸੀ ਰੈਲੀਆਂ 'ਚ, ਲੋਕ ਵੀ ਉਹੋ ਜਿਹੀ ਆ, ਲੋਕਾਂ ਵਾਲੇ ਮੁੱਦੇ ਕਿਹੜੇ, ਭਗਵੰਤ ਮਾਨ ਦੇ ਗੱਪ ਚੁਟਕਲੇ ਕਹਾਣੀਆਂ, ਰਾਜੇ ਵੜਿੰਗ ਦੇ ਡਰਾਮੇ, ਅਰਮਨੀਤ ਬਿੱਟੂ ਦੀਆਂ ਹੋਰ ਵੱਡੀਆਂ ਵੱਡੀਆਂ ਗੱਲਾਂ ਗੱਪ, ਆਹ ਯਾਰ ਆਹੀ ਮੁੱਦੇ ਮੈਂ ਚੱਕਦਾ ਰਿਹਾ ਵੋਟਾਂ 'ਚ, ਆਹੀ ਮੁੱਦੇ ਮੈਂ ਚੱਕਦਾ ਰਿਹਾ। ਲੋਕੋ ਸਿਰਫ ਧਰਤੀ ਹੇਠੋਂ ਪਾਣੀ ਮੁੱਕ ਗਿਆ, ਉਹ ਧਰਤੀ ਬੰਜਰ ਹੋ ਗਈ, ਤੁਹਾਡਾ ਪਾਣੀ ਜ਼ਹਿਰ ਬਣਾ ਤਾ, ਉਹ ਤੁਹਾਡੀਆਂ ਨਸਲਾਂ ਮਾਰੀਆਂ ਜਾ ਰਹੀਆਂ ਨੇ, ਤੁਹਾਨੂੰ ਬਰਬਾਦ ਕੀਤਾ ਜਾ ਰਿਹਾ, ਤੁਹਾਡੀ ਜੜ ਪੱਟੀ ਜਾ ਰਹੀ ਹੈ, ਨਾ ਤੁਹਾਡੀ ਧਰਤੀ ਨਾ ਫਸਲਾਂ ਨਾਲ ਕੱਖ ਨਹੀਂ ਰਹਿਣਾ ਹੋਏ। ਆਹ ਮੁੱਦੇ ਬਣੇ ਉਹ ਚੋਣਾਂ ਦੇ ਵਿੱਚ, ਆਹ ਮੁੱਦੇ ਹੁੰਦੇ ਆ ਚੋਣਾਂ ਦੇ, ਬੇਰੁਜ਼ਗਾਰੀ, ਪ੍ਰਵਾਸ, ਕਿਸਾਨੀ, ਮਜ਼ਦੂਰੀ, ਆਹ ਪਾਣੀ, ਪਹਿਲਾਂ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ, ਜੇ ਪਾਣੀ ਹੈ ਤਾਂ ਜੀਵਨ ਹੈ। ਗੁਰਬਾਣੀ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਤ, ਉਹ ਤੁਹਾਡਾ ਪਿਓ ਮਾਰਿਆ ਜਾ ਰਿਹਾ, ਉਹ ਪਾਣੀ ਆ ਦੇਖੋ, ਉਹ ਆਉਂਦਾ ਸਤਲੁਜ ਅਤੇ ਆਹ ਆ ਗਿਆ ਇੱਥੇ ਬੁੱਢਾ ਦਰਿਆ, ਆਹ ਬਲੀਪੁਰ ਪਿੰਡ ਖੜ੍ਹੇ ਹਾਂ। ਐਲਾਨ ਸੁਣ ਲਓ ਹੁਣ ਪੰਜਾਬ ਦੇ ਲੋਕੋ, ਜੇ ਤੁਸੀਂ ਆਪਣੀਆਂ ਨਸਲਾਂ ਬਚਾਉਣਾ ਚਾਹੁੰਦੇ ਆ, ਮਾੜੀ ਮੋਟੀ ਤੁਹਾਡੇ ਅੰਦਰ ਇੱਥੇ ਕੋਈ ਦਰਦ ਹੈਗਾ ਆਪਣੀਆਂ ਨਸਲਾਂ ਖਾਤਰ, ਇਕੱਲੇ ਪੈਸੇ ਮਗਰ ਨਾ ਭੱਜੇ ਫਿਰੋ, ਪੈਸੇ ਲਾ ਕੇ ਵੀ ਆਪਣੇ ਜਵਾਕ ਨਹੀਂ ਬਚਾ ਸਕੋਗੇ। ਓਏ ਡਾਕਟਰਾਂ ਦੇ ਘਰ ਭਰੀ ਜਾਂਦੇ ਹੋ, ਹਸਪਤਾਲ ਭਰੇ ਪਏ ਆ, ਤੁਹਾਡੇ ਜਵਾਕ ਮਰੀ ਜਾਂਦੇ, ਤੁਸੀਂ ਆਪ ਮਰੀ ਜਾਂਦੇ ਹੋ ਬਿਮਾਰੀਆਂ ਦੇ ਨਾਲ। 15 ਅਗਸਤ ਨੂੰ ਐਲਾਨ ਕੀਤਾ ਸਾਰਿਆਂ ਨੇ ਇੱਥੇ ਇਕੱਠੇ ਹੋ ਕੇ, 15 ਅਗਸਤ ਨੂੰ ਮਾਰਚ ਰੱਖਿਆ ਕਰਤਾਰ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਬੁੱਤ ਤੋਂ ਲੈ ਕੇ ਸ਼੍ਰੀ ਊਧਮ ਸਿੰਘ ਦੇ ਬੁੱਤ ਤੱਕ 15 ਅਗਸਤ ਨੂੰ ਲੁਧਿਆਣੇ ਇਕੱਠਿਆ ਹੋਣਾ। 15 ਸਤੰਬਰ ਤੱਕ ਜੇ ਸਰਕਾਰ ਆਹ ਜ਼ਹਿਰ ਆਹ ਬੁੱਢਾ ਨਾਲਾ ਬੰਦ ਨਹੀਂ ਕਰਦੀ ਇਹਦੇ 'ਚ, ਆਹ ਸਤਲੁਜ ਪੈਣ ਤੋਂ 15 ਸਤੰਬਰ ਨੂੰ ਬੰਨ ਮਾਰਾਂਗੇ ਉੱਥੇ ਬੁੱਢੇ ਦਰਿਆ ਦੀ ਬਿਲਕੁਲ ਜੜ 'ਚ, ਜਿੱਥੋਂ ਲੁਧਿਆਣੇ ਦੇ ਵਿੱਚ ਵੜਦਾ ਉੱਥੇ ਮਾਰਾਂਗੇ, ਇੱਥੇ ਨਹੀਂ ਇਹਦੇ ਲੋਕਾਂ ਦੇ ਖੇਤਾਂ 'ਚ ਵੜ ਜੂਗਾ, ਉੱਥੇ ਮਾਰਾਂਗੇ। ਪੰਜਾਬ ਦੇ ਦਰਦਮੰਦ ਲੋਕੋ, ਪੰਜਾਬ ਦੇ ਗੈਰਤਮੰਦ ਲੋਕੋ, ਪੰਜਾਬ ਦੇ ਅਣਖੀ ਜਿਝਾਰੂ ਲੋਕੋ, ਆਪਣੀ ਅਣਖ ਨੂੰ ਝੂੜਾ ਮਾਰੋ, ਅੰਦਰੋਂ ਹਲੂਣਾ ਮਾਰੋ ਅੰਦਰੋਂ, ਉਹ ਮਰੀ ਜਾਂਦੇ ਹੋ ਘਰਾਂ ਦੇ ਕੁੰਡੇ ਲਾ ਕੇ ਨਹੀਂ ਉਹ ਗੱਲ ਬਣਨੀ, ਘਰਾਂ 'ਚ ਬੈਠੀ ਮਰ ਜਾਓਗੇ ਆਹ ਪਾਣੀ ਪੀ ਕੇ। ਓਏ 24 ਘੰਟੇ ਆਪਾਂ ਪਾਣੀ ਵਰਤਦੇ ਹਾਂ, ਫਸਲਾਂ ਨੂੰ ਪਾਣੀ, ਅਨਾਜ ਪਾਣੀ, ਉਹ ਆਪਾਂ ਕਣਕਾਂ ਪਾਣੀ ਵਾਲੀਆਂ ਅਸੀਂ ਪੀਂਦੇ ਹਾਂ ਖਾਂਦੇ ਹਾਂ, ਓਏ ਉਹੀ ਤੁਸੀਂ ਦਾਲਾਂ ਸਬਜ਼ੀਆਂ ਨੂੰ ਲਾਉਂਦੇ, ਉਹੀ ਦਾਲਾਂ ਸਬਜ਼ੀਆਂ ਖਾਂਦੇ ਹਾਂ, ਉਹੀ ਪਤਾ ਉਹ ਤੁਹਾਡੀ ਧਰਤੀ ਨੂੰ ਕੈਂਸਰ ਹੋ ਗਿਆ, ਤੁਹਾਡੇ ਬਾਂਝ ਪਣ ਆਉਣ ਲੱਗ ਗਿਆ, ਉਹ ਬੱਚੇ ਪੈਦਾ ਹੁਣ ਹਟ ਗਏ ਸਾਡੀਆਂ ਕੁੜੀਆਂ ਬੁੜੀਆਂ ਕੋਲੋਂ, ਸਾਡੇ ਨੌਜਵਾਨਾਂ ਦੇ ਵਿੱਚ ਹਾਰਮੋਨ, ਸਾਡੇ ਤੱਤ ਖਤਮ ਹੋ ਗਏ, ਸਕਰਾਣੂ ਖਤਮ ਹੋ ਗਏ ਬੱਚਾ ਪੈਦਾ ਕਰਨ ਵਾਲੇ, ਆਹ ਪਾਣੀ ਹੈ ਜ਼ਹਿਰਾਂ ਪੀ ਕੇ। ਓਏ ਇਸ ਕਰਕੇ 15 ਅਗਸਤ ਅਤੇ 15 ਸਤੰਬਰ ਦੋ ਤਰੀਕਾਂ ਅਸੀਂ ਐਲਾਨ ਕੀਤੀਆਂ, ਜੇ 15 ਸਤੰਬਰ ਤੱਕ ਇਹ ਹੱਲ ਨਹੀਂ ਹੁੰਦਾ 15 ਸਤੰਬਰ ਨੂੰ ਬੰਨ ਮਾਰਾਂਗੇ, ਉਹਦੇ ਪੈਰ ਜੁੱਤੀ ਨਾ ਪਾਇਆ। ਓਏ ਇਹ ਮਸਲਾ ਮਨੁੱਖਤਾ ਦੀ ਭਲਾਈ ਦਾ, ਓਏ ਪਾਣੀ ਹਿੰਦੂ ਮੁਸਲਮਾਨ ਸਿੱਖ ਨੇ ਸਭ ਨੇ ਪੀਣਾ, ਅਮੀਰ ਨੇ ਗਰੀਬ ਨੇ ਸਭ ਨੇ ਪੀਣਾ, ਪਾਣੀ ਦੀ ਕੋਈ ਧਰਮ ਕੋਈ ਜਾਤ ਨਹੀਂ, ਪਾਣੀ ਹਰ ਇੱਕ ਇਨਸਾਨ ਨੂੰ, ਜੀਵ ਜੰਤੂ ਨੂੰ, ਪਸ਼ੂ ਪੰਛੀ ਨੂੰ, ਬਨਸਪਤੀ ਨੂੰ, ਅਨਾਜਾਂ ਨੂੰ, ਫਸਲਾਂ ਨੂੰ, ਸਾਰਿਆਂ ਨੂੰ ਜੀਵਨ ਬਖਸ਼ਦਾ। ਓਏ ਇਸ ਲਈ ਤੁਹਾਡਾ ਹਰ ਇੱਕ ਦਾ ਫਰਜ਼ ਬਣਦਾ, ਓਏ ਇਹ ਸਾਰੇ ਕਹਿਤ ਉੱਪਰ ਉੱਠ ਕੇ ਆਪਣੀਆਂ ਨਸਲਾਂ ਫਸਲਾਂ ਧਰਤੀ ਵਿਰਾਸਤ ਬਚਾਉਣ ਦੇ ਲਈ 15 ਸਤੰਬਰ ਹੁੰਦੇ 15 ਅਗਸਤ ਨੂੰ ਸਾਡਾ ਸਾਥ ਦਿਓ। ਉਦੋਂ ਪਹਿਲਾਂ ਸਾਰੇ MLA ਨੂੰ ਮਿਲਾਂਗੇ, ਉਦੋਂ ਪਹਿਲਾਂ ਅਸੀਂ ਆਹ ਇੱਥੋਂ ਕੈਂਟਰ ਭਰ ਕੇ ਲੈ ਕੇ ਜਾਇਆ ਕਰਾਂਗੇ ਪਾਣੀ ਦਾ, ਹਰੇਕ MLA ਦੇ ਬਾਰ 'ਚ ਖੜਾ ਕਰਾਂਗੇ ਜਾ ਕੇ ਵੀ ਆਹ ਚੱਕੋ ਪਾਣੀ ਪੀਓ, ਤੇਰੇ ਨਾਲ ਨਹਾਓ, ਆਪਣੇ ਜਵਾਕਾਂ ਨੂੰ ਪਿਆਓ ਨਾਲੇ, ਜੇ ਤੁਸੀਂ ਲੋਕਾਂ ਦੇ ਜਵਾਕਾਂ ਨੂੰ ਪਿਆ ਰਹੇ ਹੋ, ਨਾ ਮੰਨਣਾ ਕਹਿੰਦੇ ਬਾਹਰ ਢੇਰੀ ਕਰਕੇ ਆਵਾਂਗੇ, ਇੱਥੇ ਬਾਈ ਖੜਿਆ ਨਹੀਂ ਜਾਂਦਾ, ਇੱਥੇ ਐਡੀ ਦੂਰ ਖੜ੍ਹੇ ਹਾਂ, ਇੱਥੋਂ ਹਵਾ ਚੜ੍ਹਦੀ ਆ, ਨੱਕ ਨੂੰ ਮੁਸ਼ਕ ਹੈ, ਸੰਘ ਮੱਚਦਾ, ਅੱਖਾਂ ਮੱਚਦੀਆਂ, ਕੋਈ ਰਾਤ ਮੈਨੂੰ ਲੱਗਦਾ ਤੁਸੀਂ ਪਾ ਦਿਓ ਇੱਕ ਬੰਦਾ ਜੇ ਮੰਜਾ ਤੜਕੇ ਨੂੰ ਮਰਿਆ ਪਿਆ ਚੱਕੋਗੇ,
ਆ ਉੱਤੋਂ ਇੰਨੀ ਉੱਤੋਂ ਖੜੇ ਤੇ ਇਹ ਲੋਕ ਪੀਂਦੇ ਆ ਬਾਈ ਪਾਣੀ, ਜਿਹੜੇ ਕੋਲ ਖੜਿਆ ਵੀ ਨਹੀਂ ਜਾਂਦਾ ਯਾਰ। ਸੋ ਪੰਜਾਬ ਦੇ ਲੋਕੋ, ਲਾਮਬੰਦੀ ਕਰਨੀ ਤੁਹਾਡੇ ਪਿੰਡਾਂ 'ਚ ਆਵਾਂਗੇ ਸਾਡਾ ਸਫ਼ਰ, ਤੁਹਾਨੂੰ ਪਹਿਲੇ ਕਿਹਾ ਸੀ। ਠੀਕ ਆ ਲੋਕਾਂ ਨੇ ਫਤਵਾ ਨਹੀਂ ਦਿੱਤਾ, ਪਰ ਅੰਦਰ ਦਰਦ ਆ। ਕਦੇ ਵੀ ਇਹ ਜ਼ਿੰਦਗੀ ਆਖਰੀ ਸਾਹ ਤੱਕ ਲੜੂਗੀ ਪੰਜਾਬ ਲਈ, ਜਿੰਨਾ ਚਿਰ ਸਾਹ ਧੜਕਦੇ ਆ ਜ਼ਿੰਦਗੀ ਚੱਲਦੀ ਹੈ, ਰਗਾਂ 'ਚ ਖੂਨ ਦੌੜਦਾ, ਉਹਨਾਂ ਲਈ ਪੰਜਾਬ, ਉਹਨਾਂ ਚਿਰ ਪੰਜਾਬ ਲਈ ਲੜਦੇ ਰਹਾਂਗੇ। ਫਿਰ ਸਟਾਰਟ ਆ, ਫਿਰ ਤਿਆਰ ਹਾਂ ਮੈਦਾਨ ਦੇ, ਜੰਗ ਦੇ ਮੈਦਾਨ ਦੇ ਵਿੱਚ ਲੜਨ ਲਈ। ਸਰਕਾਰ ਨੂੰ ਅਪੀਲ ਹੈ, ਚੇਤਾਵਨੀ ਹੈ ਸੰਘਰਸ਼ ਦੀ, ਕਿ ਜੇ ਨਾ ਰੋਕਿਆ ਹੁਣ ਇੱਕ ਪਾਸਾ ਕਰਕੇ ਹਟਾਂਗੇ, ਚਾਹੇ ਸਾਨੂੰ ਚੱਕ ਕੇ ਜੇਲ੍ਹਾਂ 'ਚ ਬੰਦ ਕਰ ਦਿਓ, ਪਰਚੇ ਦੇ ਦਿਓ, ਸਿਰ ਪਾੜਨੇ ਹੋ ਸਿਰ ਪਾੜ ਦਿਓ, ਜੋ ਮਰਜ਼ੀ ਧਰਾਵਾਂ ਲਾ ਦਿਓ, ਅਤੇ ਚਾਹੇ ਅਸੀਂ ਫਿਰ 15 ਸਤੰਬਰ ਨੂੰ ਅਸੀਂ ਇਹ ਹੁਣ ਬੰਦ ਕਰਾਂਗੇ ਬਾਈ, ਵੱਡਾ ਦਰਿਆ ਜੋ ਮਰਜ਼ੀ ਹੋ ਜੇ। ਉਹਦੇ ਪੰਜਾਬ ਦੇ ਲੋਕਾਂ ਨੂੰ, ਖਾਸ ਤੌਰ 'ਤੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਾ, ਫਸਲਾਂ ਮੁਆਵਜ਼ਾ ਨੂੰ ਪਿੱਟਦੇ ਫਿਰਦੇ ਹੋ, ਰੋਂਦੇ ਫਿਰਦੇ ਹੋ, ਬਾਰਡਰਾਂ 'ਚ ਡਾਂਗਾਂ ਗੋਲੀਆਂ ਖਾਈ ਜਾਂਦੇ ਹੋ, ਉਹ ਜੇ ਸਾਡੀਆਂ ਨਸਲਾਂ ਨਾ ਬਚੀਆਂ, ਆਹ ਜ਼ਹਿਰਾਂ ਦੇ ਦੇ ਕੇ ਮਾਰਤਾ, ਕਿਹੜੀਆਂ ਫਸਲਾਂ, ਕਿਹੜੇ ਮੁਆਵਜ਼ੇ, ਕਿਹੜੀਆਂ ਜ਼ਮੀਨਾਂ ਦੀ ਗੱਲ ਕਰਦੇ ਹੋ? ਤੁਹਾਨੂੰ ਅਪੀਲ ਆ, ਅਸਲ ਮੁੱਦੇ ਵੀ ਲੜਨ ਵਾਲੇ ਹੈਗੇ ਆ, ਇਕੱਲੇ ਉੱਥੇ ਨਾ ਧਿਆਨ ਆਪਣਾ ਕੇਂਦਰਿਤ ਕਰੋ। ਸਾਰਿਆਂ ਨੂੰ ਅਪੀਲ ਹੈ, ਹੁਣ ਮੈਂ ਵਿਰੋਧੀ ਧਿਰਾਂ ਵੀ ਦੇਖਦਾ, ਵਿਰੋਧੀ ਧਿਰਾਂ ਹਮੇਸ਼ਾ ਸਿਆਸਤੀ ਕਰਦੀਆਂ ਸਾਡੇ ਨਾਲ ਖੜ੍ਹ ਕੇ। ਮੈਂ ਕਹਿੰਦਾ ਇਹ ਮਨੁੱਖਤਾ ਦੀ ਭਲਾਈ ਦੀ ਗੱਲ ਹੈ, ਕੋਈ ਧੜੇਬਾਜ਼ੀਆਂ ਦੀ ਗੱਲ ਨਹੀਂ ਹੈ, ਕੋਈ ਪਾਰਟੀਆਂ ਸਿਆਸੀ ਧਿਰਾਂ ਦੀ ਗੱਲ ਨਹੀਂ ਹੈ। ਹਰ ਬੰਦੇ ਨੂੰ ਸਾਥ ਦੇਣਾ ਚਾਹੀਦਾ, ਪਹਿਲਕਦਮੀ ਕਰਨੀ ਚਾਹੀਦੀ ਹੈ। 15 ਸਤੰਬਰ ਅਤੇ 15 ਅਗਸਤ ਦੋ ਤਰੀਕਾਂ ਯਾਦ ਰੱਖਿਓ, ਦੋ ਤਰੀਕਾਂ। 15 ਸਤੰਬਰ ਨੂੰ ਹਰ ਹਾਲ ਦੇ ਵਿੱਚ, ਕਿ ਕੋਈ ਟਿੱਪਰ ਹੈ, ਟਰੈਕਟਰ ਹੈ, ਟਰਾਲੀ ਹੈ, ਗੱਡੀ ਹੈ, ਜਿਹੜਾ ਮਰਜ਼ੀ ਸਾਧਨ ਤੁਹਾਡੇ ਕੋਲ, ਲੈ ਕੇ ਇੱਧਰ ਨੂੰ ਚਾਲੇ ਪਾ ਜਾਓ, ਜਿਸ ਬਿਨਾਂ ਲੈ ਕੇ ਇਧਰ ਨੂੰ ਚਾਲੇ ਪਾ ਜਾਓ। 15 ਸਤੰਬਰ ਨੂੰ ਬੰਨ ਮਾਰਨ ਜਾ ਰਹੇ ਹਾਂ ਬੁੱਢੇ ਦਰਿਆ ਦੇ ਵਿੱਚ, ਹੁਣੇ ਬਹੁਤ ਹੋ ਗਿਆ, ਹੁਣੇ ਬਰਦਾਸ਼ਤ ਦੀ ਹੱਦ ਤੋਂ ਟੱਪ ਗਿਆ, ਹੁਣੇ ਬਰਦਾਸ਼ਤ ਨਹੀਂ ਕਰਾਂਗੇ। ਹੁਣ ਹਰ ਹਾਲ ਦੇ ਵਿੱਚ ਇੱਕ ਬੂੰਦ ਪਾਣੀ ਦੁਨੀਆ ਦਾ ਕਾਨੂੰਨ ਕਹਿੰਦਾ, ਭਾਰਤ ਦਾ ਕਾਨੂੰਨ ਕਹਿੰਦਾ ਕਿ ਤੁਸੀਂ ਇੱਕ ਬੂੰਦ ਪਾਣੀ ਪੀਣ ਵਾਲੇ ਪਾਣੀ 'ਚ, ਸਾਫ਼ ਪਾਣੀ 'ਚ, ਕਿਸੇ ਵੀ ਕੈਮੀਕਲ ਦੀ, ਜ਼ਹਿਰ ਦੀ ਪਾਣੀ, ਉਹ ਇੱਥੇ ਲੱਖਾਂ ਨਹੀਂ, ਉਹ ਕਈ ਕਰੋੜਾਂ ਲੀਟਰ ਰੋਜ਼ ਪਾਏ ਜਾਂਦੇ ਆ, ਉਹ ਕੋਈ ਸੁਣਵਾਈ ਨਹੀਂ। ਇਸ ਕਰਕੇ ਯਾਦ ਰੱਖਿਓ, ਮਿਲਦੇ ਹਾਂ 15 ਅਗਸਤ ਅਤੇ 15 ਸਤੰਬਰ ਨੂੰ, ਉਦੋਂ ਪਹਿਲਾਂ ਵੀ ਤਿਆਰੀ ਕਰਨ ਲਈ ਮਿਲਾਂਗੇ। ਵੱਧ ਤੋਂ ਵੱਧ ਸਾਥ ਦਿਓ, ਜੁੜਿਓ, ਧੰਨਵਾਦ, ਸਮੇਂ ਸਮੇਂ ਜਾਣਕਾਰੀ ਦਿੰਦੇ ਰਹਾਂਗੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ।